ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਿਕ ਮੰਚ ਯੂਟਿਊਬ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜੀ। ਅੱਜ ਸੁਣਦੇ ਹਾਂ ਸੁਖਵਿੰਦਰ ਅੰਮ੍ਰਿਤ ਜੀ ਦੀ ਲਿਖੀ ਹੋਈ ਇੱਕ ਰਚਨਾ। ਸੇਰਾ ਕਿਉਂ ਨਹੀਂ ਸਜਦਾ, ਇਲਜ਼ਾਮ ਕਿਉਂ ਨਹੀਂ ਆਉਂਦਾ। ਸਿਹਰਾ ਕਿਉਂ ਨਹੀਂ ਸਜਦਾ, ਇਲਜ਼ਾਮ ਕਿਉਂ ਨਹੀਂ ਆਉਂਦਾ। ਤੇਰੇ ਦਿਲ ਦੇ ਵਰਕਿਆਂ 'ਤੇ ਮੇਰਾ ਨਾਮ ਕਿਉਂ ਨਹੀਂ ਆਉਂਦਾ। ਚੁੰਮ ਚੁੰਮ ਕੇ ਪੈਰ ਤੇਰੇ ਇੱਕ ਲਹਿਰ ਪੁੱਛ ਰਹੀ ਹੈ। ਚੁੰਮ ਚੁੰਮ ਕੇ ਪੈਰ ਤੇਰੇ ਇੱਕ ਲਹਿਰ ਪੁੱਛ ਰਹੀ ਹੈ। ਤੇਰੀ ਪਿਆਸ ਦੀ ਕਥਾ ਵਿੱਚ ਮੇਰਾ ਨਾਮ ਕਿਉਂ ਨਹੀਂ ਆਉਂਦਾ। ਕਿੱਥੇ ਤੂੰ ਤਪ ਰਿਹਾ ਹੈ, ਕਿੱਥੇ ਤੂੰ ਖਪ ਰਿਹਾ ਹੈ। ਕਿੱਥੇ ਤੂੰ ਤਪ ਰਿਹਾ ਹੈ, ਕਿੱਥੇ ਤੂੰ ਖਪ ਰਿਹਾ ਹੈ। ਹੁਣ ਮੇਰੀ ਛਾਂ 'ਚ ਤੈਨੂੰ ਆਰਾਮ ਕਿਉਂ ਨਹੀਂ ਆਉਂਦਾ। ਜਿੱਥੇ ਮੈਂ ਡਾਲ ਹੋਣਾ, ਜਿੱਥੇ ਤੂੰ ਫੁੱਲ ਬਣਨਾ। ਜਿੱਥੇ ਮੈਂ ਡਾਲ ਹੋਣਾ, ਜਿੱਥੇ ਤੂੰ ਫੁੱਲ ਬਣਨਾ। ਮੇਰੇ ਇਸ਼ਕ ਦੇ ਸਫ਼ਰ ਵਿੱਚ ਉਹ ਮੁਕਾਮ ਕਿਉਂ ਨਹੀਂ ਆਉਂਦਾ। ਰੁੱਖਾਂ ਨੂੰ ਫੁੱਲ ਆਏ, ਨਦੀਆਂ 'ਚ ਨੀਰ ਆਇਆ। ਰੁੱਖਾਂ ਨੂੰ ਫੁੱਲ ਆਏ, ਨਦੀਆਂ 'ਚ ਨੀਰ ਆਇਆ। ਮੇਰੀ ਖਿਜ਼ਾਂ ਨੂੰ ਤੇਰਾ ਪੈਗਾਮ ਕਿਉਂ ਨਹੀਂ ਆਉਂਦਾ। ਸਿਹਰਾ ਕਿਉਂ ਨਹੀਂ ਸੱਜਦਾ, ਇਲਜ਼ਾਮ ਕਿਉਂ ਨਹੀਂ ਆਉਂਦਾ। ਤੇਰੇ ਦਿਲ ਦੇ ਵਰਕਿਆਂ 'ਤੇ ਮੇਰਾ ਨਾਮ ਕਿਉਂ ਨਹੀਂ ਆਉਂਦਾ। ਦੋਸਤੋ, ਇਹ ਸੀ ਇੱਕ ਰਚਨਾ ਸੁਖਵਿੰਦਰ ਅੰਮ੍ਰਿਤ ਜੀ ਦੀ ਕਲਮ ਤੋਂ। ਉਮੀਦ ਹੈ ਤੁਹਾਨੂੰ ਇਹ ਰਚਨਾ ਪਸੰਦ ਆਈ ਹੋਵੇਗੀ। ਇਹੋ ਜਿਹੀਆਂ ਹੋਰ ਵੀ ਰਚਨਾਵਾਂ ਸੁਣਨ ਦੇ ਲਈ ਪੰਜਾਬੀ ਸਾਹਿਤਕ ਮੰਚ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ। ਤਾਂ ਮਿਲਦੇ ਹਾਂ ਜੀ ਇੱਕ ਨਵੀਂ ਲਿਖਤ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।